ਮੈਂ ਕਿੰਨੇ ਪਰਪੋਸ ਮੋੜ ਤੇ ਬਸ ਇੱਕ ਤੇਰੇ ਕਰਕੇ। ਸੋ ਉਹ ਅਦਾਕਾਰ ਨਾਲ ਮਿਲਾਵਾਂਗੇ, ਉਹ ਕਲਾਕਾਰ ਨਾਲ ਮਿਲਾਵਾਂਗੇ। ਮੈਂ ਤਾਂ ਫਿਰ ਗਾਣਾ ਤਾਂ ਜ਼ਰੂਰ ਸੁਣਿਆ ਹੋਏਗਾ। ਮੈਂ ਕਿੰਨੇ ਪਰਪੋਸ ਮੋੜ ਤੇ ਬਸ ਇੱਕ ਉਹਦੇ ਕਰਕੇ, ਉਹ ਮੇਰਾ ਪ੍ਰਪੋਜ਼ਲ ਅਜੇ ਵੀ ਪੈਂਡਿੰਗ ਰੱਖੀ ਬੈਠੀ। ਹਾਂ ਮੇਰੇ ਪਿਆਰਿਆਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਉਹਦਾ ਜੀ, ਉਹ ਪਰ ਮੇਰਾ ਨੰਬਰ ਅਜੇ ਵੀ ਐਂਡਿੰਗ ਰੱਖੀ ਬੈਠੀ। ਉਹ ਪ੍ਰਪੋਜ਼ਲ ਐਕਸੈਪਟ ਹੋਇਆ ਕਿ ਅਜੇ ਤੱਕ ਪੈਂਡਿੰਗ? ਨਹੀਂ ਨਹੀਂ, ਹੋ ਗਏ ਪਰ ਬਥੇਰੇ ਹੋ ਗਏ। ਪਰੀਆਂ ਦੇ ਦੇਸੋਂ ਆਈਏ, ਪਰੀਆਂ ਦੀ ਰਾਣੀਏ ਨੀ, ਰਾਜਕੁਮਾਰ ਆਇਆ ਵਿਆਹੁਣ ਲਈ, ਤੂੰ ਬਲਾ ਦੀ ਸੋਹਣੀ ਹੈ ਨੀ, ਤੇਰਾ ਕੋਈ ਤੋੜ ਹੈ ਨੀ, ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ। ਮੈਂ ਕਿੰਨੇ ਪਰਪੋਸ ਮੋੜ ਤੇ ਬਸ ਇੱਕ ਤੇਰੇ ਕਰਕੇ। ਸੋ ਉਹ ਅਦਾਕਾਰ ਨਾਲ ਮਿਲਾਵਾਂਗੇ, ਉਹ ਕਲਾਕਾਰ ਨਾਲ ਮਿਲਾਵਾਂਗੇ। ਮਹਿਤਾਬ ਵਿਰਕ, ਗਾਣਾ ਤਾਂ ਜ਼ਰੂਰ ਸੁਣਿਆ ਹੋਏਗਾ, ਉਹ ਗਾਣਾ ਉਹਨਾਂ ਦੇ ਮੂੰਹੋਂ ਵੀ ਸੁਣਾਂਗੇ ਅਤੇ ਪੁੱਛਾਂਗੇ ਵੀ ਕਿ ਉਹ ਪ੍ਰਪੋਜ਼ਲ ਅਜੇ ਤੱਕ ਪੈਂਡਿੰਗ ਆ ਜਾਂ ਐਕਸੈਪਟ ਹੋ ਗਿਆ ਆ। ਸੋ ਭਾਅ ਜੀ ਸਵਾਗਤ ਆ ਬਹੁਤ ਬਹੁਤ ਸਕਰੋਲ ਪੰਜਾਬ 'ਤੇ, ਅਤੇ ਮੁਬਾਰਕਬਾਦ ਦਿੰਦੇ ਹਾਂ ਤੁਹਾਡੀ ਫਿਲਮ ਰਿਲੀਜ਼ ਹੋਈ। ਜੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅੱਜ ਸਾਡੀ ਫਿਲਮ ਨਿਮੇ ਸੱਸ ਕੁੱਟਣੀ 2 ਆਈ ਹੈ, ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ। ਪ੍ਰਪੋਜ਼ਲ ਗਾਣੇ ਤੋਂ ਜ਼ਿਆਦਾਤਰ ਤੁਸੀਂ ਅਕਸਰ ਜਾਣੇ ਜਾਂਦੇ ਹੋ, ਉਹ ਪ੍ਰਪੋਜ਼ਲ ਐਕਸੈਪਟ ਹੋਇਆ ਕਿ ਅਜੇ ਤੱਕ ਪੈਂਡਿੰਗ? ਨਹੀਂ ਨਹੀਂ, ਹੋ ਗਏ ਬਥੇਰੇ ਹੋ ਗਏ। ਹੋ ਗਏ ਉਸ ਤੋਂ? ਜੀ ਜੀ ਜੀ। ਨਿਮੇ ਸੱਸ ਕੁੱਟਣੀ ਦੇ ਵਿੱਚ ਪਰੀਆਂ ਸੌਂਗ ਬੜਾ ਫੇਮਸ ਹੋ ਰਿਹਾ, ਪਹਿਲੇ ਉਹ ਸੁਣਾਂਗੇ। ਹਾਂਜੀ, ਉਹ ਗਾਣਾ ਮੈਂ ਆਪ ਗਾਇਆ, ਉਹ ਫਿਲਮ ਦੇ ਵਿੱਚ ਫਿਲਮਾਇਆ, ਅਤੇ ਬਾਕੀ ਸਾਰੇ ਗਾਣੇ ਹੈਪੀ ਰਾਏ ਕੋਟੀ ਬਾਈ ਨੇ ਗਾਏ ਆ, ਕਰਮਜੀਤ ਬਾਈ ਦੇ ਆ, ਅਤੇ ਹੋਰ ਸਾਡੇ ਆਰਟਿਸਟਾਂ ਨੇ ਗਾਇਆ ਜੀ। ਪਰੀਆਂ ਦੇ ਦੇਸੋਂ ਆਈਏ, ਪਰੀਆਂ ਦੀ ਰਾਣੀਏ ਨੀ, ਰਾਜਕੁਮਾਰ ਆਇਆ ਵਿਆਹੁਣ ਲਈ, ਤੂੰ ਬਲਾ ਦੀ ਸੋਹਣੀ ਹੈ ਨੀ, ਤੇਰਾ ਕੋਈ ਤੋੜ ਹੈ ਨੀ, ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ। ਵਾਕੇ ਪਰੀਆਂ ਤੋਂ ਘੱਟ ਨਹੀਂ? ਹਾਂ ਨਾ ਨਾ ਨਾ। ਕੀ ਖਾਸ ਲੈ ਕੇ ਆਇਓ ਇਸ ਫਿਲਮ ਦੇ ਵਿੱਚ? ਕਿਉਂਕਿ ਅਕਸਰ ਜਦੋਂ ਆਪਾਂ ਘਰ ਘਰ ਦੀ ਕਹਾਣੀ ਦੀ ਗੱਲ ਕਰਦੇ ਹਾਂ, ਜ਼ਿਆਦਾਤਰ ਇਹੀ ਸੁਣਨ ਨੂੰ ਮਿਲਦਾ ਕਿ ਸੱਸ ਨੂੰ ਉਹਦੇ ਝਗੜੇ ਨਹੀਂ ਖਤਮ ਹੁੰਦੇ, ਜਾਂ ਤਾਂ ਸੱਸ ਨੂੰ ਉਹ 'ਚ ਪਿਆਰ ਹੀ ਨਹੀਂ ਖਤਮ ਹੁੰਦਾ, ਮੁੰਡਾ ਭਾਵੇਂ ਫਿਰ ਕਿਤੇ ਨਾ ਕਿਤੇ ਗਲਤੀ ਨਾਲ ਸਾਈਡ 'ਤੇ ਬਹਿ ਜਾਵੇ, ਫਿਰ ਉਹ ਇੱਕ ਹੋ ਜਾਂਦਾ। ਹਾਂ, ਪਹਿਲੀ ਵਿੱਚ ਵੀ ਇਹੀ ਟਰਾਈ ਕੀਤੀ ਸੀ ਕਿ ਜੋ ਘਰ ਦੇ ਸਾਡੇ ਸਮਾਜ ਦੇ ਵਿੱਚ ਜਾਂ ਘਰ ਦੇ ਵਿੱਚ ਜੋ ਚੀਜ਼ਾਂ ਚੱਲਦੀਆਂ ਨੇ, ਅਤੇ ਸਾਰਿਆਂ ਨੂੰ ਰਲ ਮਿਲ ਕੇ ਕਿਵੇਂ ਰਹਿਣਾ ਚਾਹੀਦਾ, ਇੱਕ ਨੂੰ ਆਪਣਾ ਘਰ ਛੱਡ ਕੇ ਆਪਣੇ ਆਪਣੇ ਹਸਬੈਂਡ ਕੋਲ ਆਉਂਦੀ ਹੈ, ਇੱਕ ਨਵੇਂ ਘਰ ਦੇ ਵਿੱਚ ਆਉਂਦੀ ਹੈ, ਸੋ ਉਹਨੂੰ ਅਸੀਂ ਘਰ ਵਰਗੀ ਫੀਲ ਦੇਈਏ ਔਰ ਉਹਨਾਂ ਦਾ ਰਿਸਪੈਕਟ ਕਰੀਏ। ਸੋ ਇਹਦੇ ਵਿੱਚ ਵੀ ਉਹੀ ਹੈ ਵੀ ਪਰਿਵਾਰ ਨੂੰ ਕਿਵੇਂ ਰਲ ਕੇ ਰਹਿਣਾ ਚਾਹੀਦਾ, ਸੱਸ ਨੂੰ ਕਿਵੇਂ ਆਪਣੀ ਨੂੰਹ ਨੂੰ ਅਸੈਪਟ ਕਰਨਾ ਚਾਹੀਦਾ, ਬਾਕੀ ਕੁਛ ਸਮਾਜ ਦੇ ਐਲੀਮੈਂਟਸ ਨੇ ਜਿਹੜੇ ਸਾਡੇ ਨਾਲ ਆਮ ਤੌਰ 'ਤੇ ਜਿਹੜੀਆਂ ਚੀਜ਼ਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਅਸੀਂ ਉਹਨੂੰ ਸਿਨੇਮਾ ਦੇ ਰੂਪ 'ਚ ਦਿਖਾਉਣ ਦੀ ਟਰਾਈ ਕੀਤੀ ਹੈ। ਸੱਸ ਕੁੱਟਣੀ 1 ਉਹ ਤੁਹਾਡੀ ਪਹਿਲੀ ਮੂਵੀ ਸੀਗੀ, ਐਜ਼ ਅ ਹੀਰੋ ਤੁਸੀਂ ਲੀਡ ਰੋਲ ਕੀਤਾ, ਉਹਦੇ ਵਿੱਚ ਕੀ ਮੁਸ਼ਕਲਾਂ ਆਈਆਂ ਕਲਾਕਾਰੀ ਤੋਂ ਬਾਅਦ ਇੱਕ ਅਦਾਕਾਰ ਕੰਮ ਕਰਨਾ? ਨਹੀਂ, ਮੈਂ ਮੁਸ਼ਕਲਾਂ ਨਹੀਂ ਕਹੂੰਗਾ, ਕਿਉਂਕਿ ਮੈਂ ਤਾਂ ਬਲੈਸ ਫੀਲ ਕਰਦਾ ਵੀ ਜਿਵੇਂ ਮੈਨੂੰ 12-13 ਸਾਲ ਮੇਰੀ ਗਾਇਕੀ ਦੇ ਵਿੱਚ ਬੇਸ਼ੁਮਾਰ ਪਿਆਰ ਦਿੱਤਾ, ਮੈਨੂੰ ਇੱਕ ਆਪਣਾ ਘਰ ਦਾ ਪੁੱਤ ਬਣਾ ਕੇ ਮੈਨੂੰ ਆਪਣਾ ਸਮਝ ਕੇ ਉਹਨਾਂ ਨੇ ਮੇਰੇ ਗਾਣੇ ਇੰਨੇ ਜ਼ਿਆਦਾ ਸੁਣੇ ਆ, ਅਤੇ ਐਵੇਂ ਮੈਨੂੰ ਫਿਲਮ ਦੇ ਵਿੱਚ ਵੀ ਨਰਵਸ ਤਾਂ ਦੇਖੋ ਹੁੰਦਾ ਹੀ ਆ, ਮੈਂ ਵੀ ਹੋ ਗਿਆ ਸੀ, ਅਤੇ ਨਰਵਸ ਦੇ ਨਾਲ ਨਾਲ ਫਿਰ ਜਦੋਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤਾਂ ਫਿਰ 2-3 ਦਿਨਾਂ ਦੇ ਵਿੱਚ ਫਿਰ ਸਾਰਾ ਕੁਝ ਠੀਕ ਹੋ ਗਿਆ, ਫਿਰ ਅਸੀਂ ਫਿਰ ਮੈਂ ਉਲਟਾ ਇੰਜੋਏ ਕਰਨ ਲੱਗ ਗਿਆ ਆਪਣੇ ਰੋਲ ਨੂੰ, ਆਪਣੀ ਸ਼ੂਟਿੰਗ ਨੂੰ ਬਹੁਤ ਮੈਂ ਇੰਜੋਏ ਕੀਤਾ। ਜ਼ਿਆਦਾਤਰ ਸੈੱਟ 'ਤੇ ਕਿੱਦਾਂ ਦਾ ਮਾਹੌਲ ਰਿਹਾ, ਕਿਉਂਕਿ ਫਿਲਮ ਤਾਂ ਕਾਮੇਡੀ ਹੈਗੀ ਆ ਪਲੱਸ ਹੋਰਰ ਵੀ ਸੀਨ ਇਹਦੇ ਵਿੱਚ ਐਡ ਕੀਤੇ ਹੋਏ ਆ, ਸੈੱਟ 'ਤੇ ਕੀ ਮਾਹੌਲ ਰਿਹਾ ਉਹਦੇ ਬਾਰੇ ਦੱਸੋ। ਸੈੱਟ 'ਤੇ ਹੀ ਸਾਰੇ ਇਕੱਠੇ ਹੁੰਦੇ ਸੀ, ਸੈੱਟ 'ਤੇ ਮੋਸਟਲੀ ਲੰਚ ਇਕੱਠੇ ਕਰਨਾ,
ਤੇ ਜਾਂ ਸ਼ਾਮ ਨੂੰ ਰਾਤ ਨੂੰ ਚਾਹ ਪਾਣੀ ਇਕੱਠੇ ਪੀਣਾ ਤੇ ਬਸ ਆਪਣੇ ਹਾਸੇ ਮਜ਼ਾਕ ਹਾਸੇ ਠੇਠੇ ਚੱਲਦੇ ਸੀ ਤੇ ਉਹਦੇ ਵਿੱਚ ਵਿੱਚ ਹੀ ਅਸੀਂ ਫਿਲਮ ਦਾ ਜਿਹੜਾ ਅਗਲਾ ਸੀਨ ਹੁੰਦਾ ਸੀ ਉਹ ਪ੍ਰੈਕਟਿਸ ਕਰ ਲਈਦੀ ਸੀ ਤੇ ਬਸ ਫਿਰ ਪਤਾ ਨਹੀਂ ਲੱਗਿਆ ਕਿਵੇਂ ਹਾਸੇ ਖੇਡੇ 'ਚ ਸਾਰੇ ਪਰਿਵਾਰ ਨੇ ਵਧੀਆ ਫਿਲਮ ਬਣਾ ਲਈ। ਅੱਛਾ, ਆਪਾਂ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਕਿਤੇ ਕਿਸੇ ਦੀ ਧੀ ਭੈਣ ਜਦੋਂ ਵਿਆਹਣੀ ਹੁੰਦੀ ਆ ਤਾਂ ਆਪਾਂ ਖਾਸ ਕਰਕੇ ਇਹ ਕਹਿੰਦੇ ਹਾਂ ਕਿ ਆਪਾਂ ਆਪਣੀ ਧੀ ਘਰ ਲੈ ਕੇ ਆ ਰਹੇ, ਪਰ ਬਾਅਦ 'ਚੋਂ ਫਿਰ ਆਪਾਂ ਨੂੰਹ ਵਾਲਾ ਰਿਸ਼ਤਾ ਵੀ ਨਿਭਾਉਂਦੇ ਹਾਂ, ਫਿਰ ਧੀ ਵਾਲਾ ਰਿਸ਼ਤਾ ਵੀ ਨਿਭਾਉਂਦੇ ਹਾਂ, ਫਿਰ ਕਿਤੇ ਨਾ ਕਿਤੇ ਬਹੁਤ ਫਰਕ ਆ ਜਾਂਦਾ। ਹਾਂ, ਉਹ ਇੱਕ ਸਾਡੇ ਮੈਨੂੰ ਲੱਗਦਾ ਸਮਾਜ ਦੀ ਇੱਕ ਗੱਲ ਬਣ ਗਈ ਆ ਕਿ ਨਹੀਂ ਇਹ ਮੇਰੀ ਧੀ ਨਹੀਂ, ਇਹ ਮੇਰੀ ਨੂੰਹ ਆ। ਅਤੇ ਮੈਨੂੰ ਤਾਂ ਮੇਰੇ ਲਫਜ਼ਾਂ 'ਚ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਵੀ ਤੁਹਾਡੀ ਧੀ ਹੈ, ਬੇਸ਼ੱਕ ਉਹ ਨੂੰਹ ਬਣ ਕੇ ਆਈ ਹੈ ਪਰ ਤੁਹਾਡੀ ਉਹ ਆਪਣੀ ਧੀ ਹੈ। ਸੋ ਫਰਕ ਨਹੀਂ ਹੋਣਾ ਚਾਹੀਦਾ, ਆਪਣੀ ਧੀ ਵਾਂਗੂ ਪਿਆਰ ਕਰਨਾ ਚਾਹੀਦਾ। ਇਹ ਫਿਲਮ ਤੋਂ ਬਾਅਦ ਕਹਿ ਲਈਏ ਕਿ ਅਸਲ ਜ਼ਿੰਦਗੀ ਦੇ ਵਿੱਚ ਨੂੰਹ ਸੱਸ ਦਾ ਪਿਆਰ ਕਿੱਦਾਂ ਦਾ ਰਹਿਣ ਵਾਲਾ ਹੈ ਇਹ ਫਿਲਮ ਦੇਖਣ ਤੋਂ ਬਾਅਦ? ਹਾਂ, ਮੈਨੂੰ ਲੱਗਦਾ ਕਿ ਜਿੰਨੇ ਵੀ ਜਾਣਗੇ ਆਪਣੇ ਮੰਮੀ ਹੋਣਾ ਦੇ ਨਾਲ ਜਾਣਗੇ, ਚਾਹੇ ਆਪਣੀ ਸੱਸ ਦੇ ਨਾਲ ਜਾਣਗੀਆਂ ਨੂੰਹਾਂ, ਚਾਹੇ ਨੂੰਹਾਂ ਦੇ ਨਾਲ ਸੱਸਾਂ ਜਾਣਗੀਆਂ, ਅਤੇ ਮੈਨੂੰ ਲੱਗਦਾ ਕਿ ਸਾਰੇ ਜਣੇ ਜ਼ਰੂਰ ਇੱਕ ਮੈਸੇਜ ਲੈ ਕੇ ਆਉਣਗੇ ਕਿ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਦੇ ਨਾਲ ਰਹਿਣਾ ਚਾਹੀਦਾ। 5 ਤਰੀਕ ਨੂੰ ਇਹਦਾ ਪ੍ਰੀਮੀਅਰ ਰਿਲੀਜ਼ ਹੋਇਆ, ਉਸ ਤੋਂ ਬਾਅਦ ਕਹਿ ਲਈਏ ਕੀ ਲੋਕਾਂ ਦਾ ਹੁੰਗਾਰਾ ਸੀਗਾ, ਕੀ ਰਿਵਿਊ ਸੀਗੇ, ਕੀ ਪਿਆਰ ਮਿਲਿਆ ਲੋਕਾਂ ਦਾ? ਰਿਵਿਊਜ਼ ਬਹੁਤ ਸੋਹਣੇ ਸੀ, ਮੈਨੂੰ ਬੜੀ ਖੁਸ਼ੀ ਹੋਈ ਕਿ ਜੈਨੂਅਨਲੀ ਸਾਰਿਆਂ ਨੇ ਰਿਵਿਊਜ਼ ਦਿੱਤੇ ਅਤੇ ਸਭ ਨੇ ਇਹ ਕਿਹਾ ਕਿ ਸਾਨੂੰ ਬੜਾ ਮਜ਼ਾ ਆਇਆ, ਸਾਨੂੰ ਸਿੱਖਣ ਨੂੰ ਵੀ ਮੈਸੇਜ ਵੀ ਮਿਲੇ ਆ। ਅਤੇ ਬਸ ਉਹੀ ਮੈਸੇਜ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਆਓ ਅਤੇ ਆਪਣਾ ਆ ਕੇ ਦੇਖੋ ਫਿਲਮ। ਪਰਮਾਰ ਸਾਹਿਬ ਨੇ ਡਾਇਰੈਕਟ ਕੀਤੀ, ਫਿਲਮ ਲਿਖੀ ਵੀ ਉਹਨਾਂ ਨੇ ਆ, ਸੋ ਉਹਨਾਂ ਨਾਲ ਕੰਮ ਕਰਕੇ ਕਿੱਦਾਂ ਲੱਗਾ? ਬਰਮੈਤ ਮੇਰੀ ਫੈਮਿਲੀ ਆ ਜੀ, ਅਸੀਂ ਸਾਰੇ ਬਹੁਤ ਸਾਲਾਂ ਤੋਂ ਇਕੱਠੇ ਹਾਂ ਅਤੇ ਬੜਾ ਵਧੀਆ ਲੱਗਦਾ। ਅੱਗੇ ਵੀ ਅਸੀਂ ਜਿਹੜੇ ਵੀ ਪ੍ਰੋਜੈਕਟਸ ਕਰਾਂਗੇ ਉਹਦੇ 'ਚ ਅਸੀਂ ਸਾਰੇ ਬਹਿ ਕੇ ਵਿਚਾਰ ਕਰਦੇ ਹੁੰਦੇ ਹਾਂ ਵੀ ਕਿਵੇਂ ਆਪਾਂ ਵਧੀਆ ਚੀਜ਼ ਬਣਾਈਏ, ਕਿੱਦਾਂ ਅੱਛਾ ਸਿਨੇਮਾ ਬਣਾਈਏ। ਜਾਂਦੇ ਜਾਂਦੇ ਇੱਕ ਗਾਣਾ ਸੁਣਾ ਦਿਓ ਦਰਸ਼ਕਾਂ ਨੂੰ, ਪ੍ਰਪੋਜ਼ਲ ਸੌਂਗ ਸੁਣਨਾ ਚਾਹੂੰਗਾ। ਮੈਂ ਕਿੰਨੇ ਪ੍ਰਪੋਜ਼ ਮੋੜ 'ਤੇ ਬਸ ਇੱਕ ਉਹਦੇ ਕਰਕੇ, ਉਹ ਮੇਰਾ ਪ੍ਰਪੋਜ਼ਲ ਅਜੇ ਵੀ ਪੈਂਡਿੰਗ ਰੱਖੀ ਬੈਠੀ ਹੈ। ਹਾਂ, ਮੇਰੇ ਪਿਆਰਿਆਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਉਹਦਾ ਜੀ, ਉਹ ਪਰ ਮੇਰਾ ਨੰਬਰ ਅਜੇ ਵੀ ਐਂਡਿੰਗ ਰੱਖੀ ਬੈਠੀ ਹੈ। ਧੰਨਵਾਦ ਮਹਿਤਾਬ ਜੀ, ਬਹੁਤ ਬਹੁਤ ਮੁਬਾਰਕਾਂ ਹੁਣ ਤੁਹਾਨੂੰ ਇਹ ਫਿਲਮ ਲਈ। ਸੋ ਇਹ ਮੇਰੇ ਨਾਲ ਮਹਿਤਾਬ ਵਿਰਕ, ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਲੀਡ ਰੋਲ ਕੀਤਾ ਹੈਗਾ ਆ। ਸੋ ਉਸ ਨੂੰ ਲੈ ਕੇ ਅੱਜ ਇਹ ਫਿਲਮ ਰਿਲੀਜ਼ ਹੋ ਚੁੱਕੀ ਆ। ਸਵੇਰੇ ਹਰਿਮੰਦਰ ਸਾਹਿਬ ਇਹਨਾਂ ਨੇ ਦਰਸ਼ਨ ਦੀਦਾਰੇ ਵੀ ਕੀਤੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਆ। ਸੋ ਜਾਓ ਸਿਨੇਮਾ ਘਰਾਂ ਦੇ ਵਿੱਚ ਪਹੁੰਚੋ, ਆਖਰ ਦੇ ਵਿੱਚ ਦੇਖੋ ਕਿ ਸੱਸ ਨੂੰ ਉਹਦਾ ਪਿਆਰ ਕਿੱਦਾਂ ਦਾ ਹੁੰਦਾ ਹੈ। ਅਸਲ ਜ਼ਿੰਦਗੀ ਦੇ ਵਿੱਚ ਕਾਫੀ ਚੇਂਜਸ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਜਾਣਗੇ। ਮੈਨੂੰ ਦਿਓ ਇਜਾਜ਼ਤ, ਸਕਰੋਲ ਪੰਜਾਬ ਦੇ ਲਈ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ।